लोगों को आप नौकरी नहीं कर जाऊंगे, तुम लोगों नौकरी दोगे, ये गल मेरी लिख लियो बी। सरकारी नौकरी ने बहुत पिछे छड़दा है बिजनेस। हां जी दोस्तों, तुसी बई 18,000 रुपए विच अपने घरे एटीएम किवें ला सकदे हो, किवें लखां रुपए कमा सकदे हो, अज तुहानू दसांगे भी की धंधा तुसी करना है। सरकारी तनखाह नू तुसी पिछे छड़ दोगे बई जे मेहनत करोगे चंगी तरह। जिहड़ा आपां सौदा दसांगे, बिजनेस दसांगे अज, इहदा ना तां सीजन आउंदा ते ना इहदे च मंदा आउंदा, कदों भी तुसी इह काम कर सकदे हो। आपां जिहदी गल कर रहे हां बई, उह हैगा बकरी पालना। ਵੀ ਬੱਕਰੀ ਪਾਲਣ ਤੋਂ ਆਪਾਂ ਕਿੰਨੀ ਕਮਾਈ ਕਰ ਸਕਦੇ ਹਾਂ, ਆਪਾਂ ਕਿਸੇ ਵੀਰ ਨੂੰ ਫੋਨ ਕਰਕੇ ਸਾਰੀ ਡਿਟੇਲ ਲਈਏ ਵੀ ਕਿੰਨੀ ਉਹਨੂੰ ਕਮਾਈ ਹੋਈ। ਉਹਨੇ ਪਹਿਲੀ ਵਾਰੀ ਕੀਤਾ ਸੀ ਜਦੋਂ ਬਿਜ਼ਨਸ, ਉਹਨੇ ਇੱਕ ਬੱਕਰੀ ਤੋਂ ਸ਼ੁਰੂ ਕੀਤਾ ਸੀਗਾ, ਅੱਜ ਉਹਦੇ ਕੋਲ 20 ਬੱਕਰੀਆਂ ਹੋਣੀਆਂ ਬਾਈ। ਆਪਾਂ ਉਹਦੇ ਬਾਰੇ ਦੱਸਣ ਲੱਗੇ ਹਾਂ ਅੱਜ ਬਾਈ। ਉਹਨੇ ਪਹਿਲਾਂ ਬਈ ਵਧੀਆ ਨਸਲ ਦੀ ਬੱਕਰੀ ਲਈ 18,000 ਰੁਪਏ ਦੀ ਸੂਣ ਵਾਲੀ ਬੱਕਰੀ ਤੀ ਉਹ, ਅਤੇ ਜਨਵਰੀ ਮਹੀਨੇ 'ਚ ਉਹਨੇ ਸੂਈ ਮਤਲਬ ਸੂਈ ਤੀ। ਉਹਨੇ ਪਹਿਲੇ ਦੋ ਬੱਚੇ ਦਿੱਤੇ ਸੀਗੇ ਮੇਲ ਅਤੇ ਫੀਮੇਲ, ਬੱਕਰਾ ਅਤੇ ਬੱਕਰੀ। ਜਿਹੜਾ ਆਪਣਾ ਬੱਕਰੀ ਦਾ ਖਰਚਾ ਕੱਢੀਏ ਬਾਈ, ਮਤਲਬ ਕਿ ਬਾਹਰ ਹਰਾ ਚਾਰਾ ਵੀ ਚਰਾਉਂਦੇ ਨੇ ਉਹ, ਅਤੇ ਫੀਡ ਵੀ ਪਾਉਂਦੇ ਨੇ, ਉਹ ਫੀਡ ਪਾਉਂਦੇ ਨੇ ਮਤਲਬ 10 ਰੁਪਈਏ ਦਿਨ ਦਾ ਖਰਚਾ ਕੱਢ ਲਓ, 30 ਮਹੀਨੇ ਦਾ 300 ਖਰਚਾ ਹੋ ਗਿਆ, ਅਤੇ ਸਾਲ ਦਾ 3600 ਦੀ ਫੀਡ ਹੋ ਗਈ ਬੱਕਰੀ ਨੂੰ ਬਾਈ। ਉਸ ਤੋਂ ਬਾਅਦ ਬਾਈ ਉਹਦੇ ਦੋ ਬੱਚੇ ਹੋਏ ਦੀ ਜਿਹੜੇ ਉਹਦਾ ਖਰਚਾ ਪਹਿਲੇ ਮਹੀਨੇ 'ਚ ਤਾਂ, ਕਿਉਂਕਿ ਉਹ ਦੁੱਧ 'ਤੇ ਚੱਲਣਗੇ, ਉਹਨਾਂ ਨੂੰ ਕੁਛ ਨਹੀਂ ਖਵਾਉਣਾ, ਅਤੇ ਦੂਜੇ ਅਤੇ ਤੀਜੇ ਮਹੀਨੇ ਦਾ ਖਰਚਾ ਦੋਹਾਂ ਦਾ 600 ਰੁਪਇਆ ਖਰਚਾ ਗਿਆ ਫੀਡ ਦਾ, ਬਾਕੀ ਹਰਾ ਚਾਰਾ ਅਲੱਗ ਰਹਿ ਗਿਆ। ਅਤੇ ਬਾਈ ਚੌਥੇ ਮਹੀਨੇ ਤੋਂ ਲੈ ਕੇ 12ਵੇਂ ਮਹੀਨੇ ਤੱਕ ਉਹਨਾਂ ਦੋਹਾਂ ਦਾ ਖਰਚਾ ਬੱਕਰਾ ਅਤੇ ਬੱਕਰੀ ਦਾ 5400 ਬਣ ਗਿਆ। ਇਹ ਇਕੱਲੀ ਫੀਡ ਦਾ, ਹਰਾ ਚਾਰਾ ਬਾਈ ਅਲੱਗ ਰਹਿ ਗਿਆ ਜਿਹੜਾ ਆਪਾਂ ਬਾਹਰ ਲੈ ਕੇ ਜਾਂਦੇ ਹਾਂ ਉਹ, ਕਿਉਂਕਿ ਜੇ ਇਕੱਲੀ ਫੀਡ ਦਾ ਕਰਨਾ ਤੁਸੀਂ ਉਹਦੇ ਵੱਧ ਕੋਸਟ ਆਊਗੀ, ਉਹਦੇ ਇਨਕਮ ਵੀ ਘੱਟ ਹੈ ਬਾਈ। ਅਤੇ ਜਿਹੜੇ ਇਹ ਅੱਗੇ ਬੱਚੇ ਹੋਏ ਸੀ, ਇਹ ਮਾਰਚ ਮਹੀਨੇ 'ਚ ਜਿਹੜੀ ਬੱਕਰੀ ਸੀ ਜਿਹੜੀ ਬਾਈ ਉਹ ਕਰੋਸ ਹੋ ਗਈ ਸੀ, ਉਹਦੇ ਅਗਸਤ 'ਚ ਦੋ ਬੱਚੇ ਹੋ ਗਏ ਸੀਗੇ। ਪਹਿਲੇ ਮਹੀਨੇ ਉਹਨਾਂ ਨੇ ਦੁੱਧ ਪੀਤਾ, ਜਿਵੇਂ ਦੇਖੋ ਉਹਨਾਂ ਨੇ ਪੀਤਾ ਸੀ, ਪਹਿਲੇ ਮਹੀਨੇ ਦੁੱਧ ਹੀ ਪੀਣਗੇ ਉਹ। ਫਿਰ ਸਤੰਬਰ ਅਤੇ ਅਕਤੂਬਰ 'ਚ 600 ਰੁਪਏ ਉਹਨਾਂ ਦੀ ਫੀਡ ਦਾ ਖਰਚਾ ਆ ਗਿਆ, ਖਰਚਾ ਅਲੱਗ ਰਹਿ ਗਿਆ। ਨਵੰਬਰ ਅਤੇ ਦਸੰਬਰ 'ਚ ਉਹਨਾਂ ਦਾ ਖਰਚਾ 1200 ਆ ਗਿਆ ਬਾਈ। ਹੁਣ ਇਹ ਸਾਲ ਦਾ ਹੋ ਗਿਆ ਸਾਰਾ ਸਿਸਟਮ ਬਾਈ, ਇੱਕ ਸਾਲ ਦਾ ਹੋ ਗਿਆ ਸਾਰਾ ਸਿਸਟਮ ਇਹ, ਵੀ ਆਪਾਂ ਬੱਕਰੀ ਲਏ ਪਹਿਲਾਂ ਅਤੇ ਦੋ ਉਹਦੇ ਮਤਲਬ ਸੂਏ ਹੋ ਗਏ, ਸਾਲ ਹੋ ਗਿਆ ਪੂਰਾ। ਹੁਣ ਸਾਲ ਬਾਅਦ ਉਹਨੂੰ ਆਪਾਂ ਜੀ ਵੇਚੀਏ ਤਾਂ ਪਹਿਲਾਂ ਤਾਂ ਬਾਈ ਟੋਟਲ ਖਰਚਾ ਜਿਹੜਾ ਆ ਗਿਆ 11,400 ਰੁਪਏ ਆ ਗਿਆ ਇਕੱਲੀ ਫੀਡ ਦਾ। ਉਸ ਤੋਂ ਬਾਅਦ ਆਪਾਂ ਹੁਣ ਜੇ ਵੇਚੀਏ ਪਹਿਲੇ ਸੂਏ ਵਾਲੇ, ਬੱਕਰਾ ਹੋ ਗਿਆ 32 ਕਿਲੋ ਦਾ ਬਾਈ, ਅਤੇ 350 ਰੁਪਏ ਰੇਟ ਆ ਜਿਹੜਾ ਬੱਕਰੇ ਦਾ ਮਤਲਬ ਕਿ ਮੀਟ ਦਾ ਬਾਈ, ਉਹ ਹੈਗੇ ਆ 350, ਉਹਨੂੰ ਗੁਣਾ ਕਰੀਏ 11,200 ਦਾ ਉਹਦਾ ਬੱਕਰਾ ਵਿਕ ਗਿਆ ਬਾਈ 32 ਕੇਜੀ ਦਾ। ਉਹਦੀ ਬੱਕਰੀ ਸੀ ਜਿਹੜੀ 27 ਕਿਲੋ ਦੀ, ਕਿਉਂਕਿ ਬੱਕਰੀ ਵੇਟ 'ਚ ਘੱਟ ਜਾਂਦੀ ਹੈ ਬਾਈ, ਅਤੇ ਉਹਦਾ ਰੇਟ ਵੀ 300 ਹੁੰਦਾ ਹੈ, ਉਹ ਗਈ ਬਾਈ 8100 ਦੀ। ਟੋਟਲ ਬਣ ਗਿਆ 19,300 ਰੁਪਇਆ ਪਹਿਲੇ ਸੂਏ ਦੇ ਸੀ ਇਹ ਬਾਈ। ਇਹ ਜਿਹੜੇ ਦੋ ਆ ਗਏ ਪਹਿਲੇ ਸੂਏ ਦੇ ਆ ਗਏ, ਜਿਹੜੇ ਦੂਜੇ ਸੂਏ ਦੇ ਆ ਗਏ ਸੀ ਬਾਈ, ਅਤੇ ਇਹ ਆ ਗਏ ਉਹ, ਇਹਦਾ ਬੱਕਰਾ ਹੋ ਗਿਆ ਸੀ 15 ਕੇ ਜੀ ਦਾ, 350 ਰੁਪਏ ਨੂੰ ਗੁਣਾ ਕਰੀਏ 5250 ਰੁਪਈਏ ਦੇ ਬੱਕਰਾ ਹੋ ਗਿਆ, ਅਤੇ ਬੱਕਰੀ ਹੋ ਗਈ 13 ਕਿਲੋ ਦੀ ਬਾਈ, 300 ਨੂੰ ਗੁਣਾ ਕਰਕੇ 3900 ਦੀ ਬੱਕਰੀ ਹੋ ਗਈ, 9150 ਰੁਪਈਏ ਦੇ ਬਾਈ ਅਗਲੇ ਸੂਏ ਦੇ ਬੱਚੇ ਹੋ ਗਏ। ਉਸ ਤੋਂ ਬਾਅਦ ਇਹਦਾ ਟੋਟਲ ਬਾਈ 28,450 ਬਣ ਗਿਆ। ਉਹ 'ਚੋਂ ਮੇਨ ਬੱਕਰੀ ਦੀ ਜਿਹੜੀ ਆਪਾਂ ਮੇਨ ਬੱਕਰੀ ਵੇਚੀ ਹੈ ਉਹ 15,000 ਦੀ ਵੇਚੀ, ਉਹਨੇ 3000 ਰੁਪਇਆ ਘਾਟਾ ਦੇ ਗਈ, ਉਹ 15,000 ਦੀ ਵੇਚਤੀ, ਟੋਟਲ ਬਣਦਾ 43,450 ਬਣ ਗਿਆ। ਉਸ ਤੋਂ ਬਾਅਦ 11,400 ਆਪਾਂ ਸਾਲ ਦਾ ਜਿਹੜਾ ਖਰਚਾ ਹੋ ਗਿਆ ਉਹ ਕੱਢਦਾ ਇਹਦੇ ਵਿੱਚੋਂ ਬਾਈ, 32,050 ਰੁਪਈਏ ਬਚ ਗਏ ਇਹਦੇ ਵਿੱਚੋਂ। ਹਜੇ ਇਹ ਕਮਾਈ ਨਹੀਂ ਹੋਈ ਆਪਣੀ 32,000 ਬਾਈ, ਹਜੇ ਹੋਰ ਦੱਸਾਂਗੇ ਖਰਚਾ। ਅਤੇ ਸਾਰਾ ਆਪਣਾ ਮੈਡੀਕਲ ਦਾ ਖਰਚਾ, ਜੇ ਮਤਲਬ ਕਿ ਜ਼ਿਆਦਾ ਬਿਮਾਰ ਨਾ ਹੁੰਦਾ ਜਾਨਵਰ, 5000 ਰੁਪਏ ਮੈਡੀਕਲ ਖਰਚਾ ਆਉਂਦਾ, ਜੇ ਜ਼ਿਆਦਾ ਬਿਮਾਰ ਹੁੰਦਾ ਤਾਂ ਬਈ ਹੋਰ ਵੀ ਖਰਚਾ ਆ ਸਕਦਾ। ਅਤੇ ਇੱਕ ਗੱਲ ਹੋਰ ਦੱਸ ਦੇ, ਕਈ ਵਾਰੀ ਬਈ ਬੱਚਾ ਮਰ ਵੀ ਜਾਂਦਾ, ਮਤਲਬ ਕਿ ਆਪਾਂ ਉਹਦੀ ਸੰਭਾਲ ਨਾ ਰੱਖਾਂਗੇ ਬੱਚਾ ਮਰ ਵੀ ਜਾਂਦਾ, ਉਹ ਅਲੱਗ ਰਹਿ ਗਿਆ। ਆਪਾਂ ਜਿਹੜੇ ਹਿਸਾਬ ਨਾਲ ਉਹ ਬਾਈ ਦੀ ਇਨਕਮ ਹੋਈ ਸੀ ਉਹਨੇ ਦੱਸਿਆ, ਉਹ ਹਿਸਾਬ ਨਾਲ ਦੱਸ ਰਹੇ ਆਪਾਂ। ਅਤੇ ਜਿਹੜੀ ਮੇਨ ਬੱਕਰੀ ਘਾਟਾ ਦੇ ਗਈ ਸੀ ਆਪਣਾ, 3000 ਰੁਪਏ ਦਾ ਘਾਟਾ ਦੇ ਗਈ ਸੀ ਬਾਈ ਉਹ, ਕਿਉਂਕਿ ਉਹ ਬਾਅਦ 'ਚੋਂ 15,000 ਦੀ ਵੇਚਦੀ ਸੀ, 18,000 ਦੀ ਉਹਨੇ ਲਈ ਸੀ ਬਾਈ ਨੇ। ਉਹ 'ਚੋਂ ਬਾਈ ਜਿਹੜਾ 8,000 ਬਣ ਗਿਆ, 32,000 ਆਪਣਾ ਆਇਆ ਸੀ, 32,000 ਰੁਪਇਆ ਆ ਗਿਆ ਸੀਗਾ ਉਹਦਾ। ਇਹ ਦੋਵੇਂ ਖਰਚੇ ਕੱਢ ਕੇ 'ਚੋਂ ਮੈਡੀਕਲ ਦਾ ਅਤੇ ਜਿਹੜੀ ਬੱਕਰੀ ਘਾਟਾ ਦੇ ਗਈ 3000 ਰੁਪਏ ਉਹਦਾ ਖਰਚਾ ਕੱਢ ਕੇ ਥੱਲੇ ਬਈ ਟੋਟਲ ਆਉਂਦਾ 24,050 ਰੁਪਏ। ਇਹ ਆ ਗਈ ਇੱਕ ਬੱਕਰੀ ਦੀ ਬਾਈ ਸਾਲ ਦੇ ਵਿੱਚ ਬੱਚਤ ਬਾਈ, ਦੋ ਸੂਏ ਦੇ ਗਈ ਉਹ ਅਤੇ 24,050 ਰੁਪਏ ਉਹਦੀ ਬੱਚਤ ਆ ਗਈ ਬਾਈ। ਤੁਸੀਂ ਐਂ ਨਾ ਸੋਚੋ ਵੀ ਸਾਲ ਦੇ ਵਿੱਚ ਵੀ 24,050 ਦੇ ਗਈ ਹੈ, ਸਿਰਫ ਆਪਾਂ ਗੱਲ ਵੀ ਇੱਕ ਬੱਕਰੀ ਦੀ ਕਰ ਰਹੇ ਹਾਂ, ਕਿਤੇ ਤੁਸੀਂ ਕਹਿ ਦਿਓ ਵੀ ਆਪਣੀ ਇਨਕਮ ਸਾਰੀ ਸਾਲ 'ਚ ਇੰਨੀ ਹੋਊਗੀ। ਜੇ ਤੁਹਾਡੇ ਕੋਲ ਬਾਈ 10 ਬੱਕਰੀਆਂ ਨੇ, ਤੁਸੀਂ ਹਿਸਾਬ ਲਾ ਲਓ ਵੀ
24,000 ਨੂੰ ਗੁਣਾ ਕਰ ਦਿਓ ਤੁਸੀਂ 20,000 ਨੂੰ ਹੀ ਗੁਣਾ ਕਰਕੇ ਦੇਖ ਲਿਓ ਵੀ ਕਿੰਨੀ ਬੱਚਤ ਹੁੰਦੀ ਹੈ। ਘਰੇ ਬੈਠੇ ਬਈ ਤੁਸੀਂ ਪੈਸੇ ਐਂ ਕਮਾ ਸਕਦੇ ਹੋ, ਪਰ ਐਂ ਵੀ ਨਹੀਂ ਵੀ ਘਰੇ ਬੈਠੇ ਨਾ ਮਿਹਨਤ ਕਰਨੀ ਪੈਂਦੀ ਹੈ। ਜੇ ਤੁਸੀਂ ਮਿਹਨਤ ਕਰੋਗੇ ਬਈ ਤੁਹਾਡਾ ਨੁਕਸਾਨ ਘੱਟ ਹੋਏਗਾ, ਤਾਂ ਤੁਸੀਂ ਇੰਨੀ ਇਨਕਮ ਕਰ ਸਕਦੇ ਹੋ ਬਈ। ਜਦੋਂ ਤੁਸੀਂ ਦੋਸਤੋ ਬਈ ਇਹਨਾਂ ਤੋਂ ਇਨਕਮ ਕਰਨ ਲੱਗੇ, ਪਹਿਲਾਂ 10 ਤੋਂ ਲੈ ਕੇ 15 ਬੱਕਰੀਆਂ ਰੱਖ ਲਓ, 15 ਤੋਂ ਤੁਸੀਂ ਫਿਰ ਅੱਗੇ 20 ਰੱਖੋਗੇ, 20 ਤੋਂ 60 ਹੋਗੇ, ਫਿਰ ਤੁਹਾਡਾ ਇੱਕ ਦਿਨ ਬਈ ਫਾਰਮ ਹੋਊਗਾ। ਤੁਸੀਂ ਲੋਕਾਂ ਕੋਲ ਆਪ ਨੌਕਰੀ ਨਹੀਂ ਕਰਨ ਜਾਓਗੇ, ਤੁਸੀਂ ਲੋਕਾਂ ਨੂੰ ਨੌਕਰੀ ਦਿਓਗੇ, ਇਹ ਗੱਲ ਮੇਰੀ ਲਿਖ ਲਿਓ ਬਈ, ਗਰੰਟੀ ਹੈ ਇਹ। ਕਿਉਂਕਿ ਘਾਟੇ ਦਾ ਸੌਦਾ ਨਹੀਂ ਬਈ ਇਹਦਾ, ਨਾ ਤਾਂ ਕੋਈ ਸੀਜ਼ਨ ਹੈ, ਨਾ ਇਹ ਮਤਲਬ ਇਹਦਾ ਜਿਹੜਾ ਰੇਟ ਆ, ਰੇਟ ਵੀ ਕਦੇ ਡਾਊਨ ਨਹੀਂ ਹੁੰਦਾ, ਰੇਟ ਉੱਥੇ ਹੀ ਰਹਿੰਦਾ। ਤਾਂ ਕਰਕੇ ਬਈ ਇਹ ਸਰਕਾਰੀ ਨੌਕਰੀ ਨੂੰ ਬਹੁਤ ਪਿੱਛੇ ਛੱਡਦਾ ਇਹ ਬਿਜ਼ਨਸ। ਜੇ ਕੋਈ ਬਈ ਕਰਨਾ ਚਾਹੁੰਦਾ ਤਾਂ ਬਈ ਇਹ ਬਿਜ਼ਨਸ ਪਹਿਲਾਂ ਵੀਡੀਓ ਦੇਖ ਕੇ ਫਿਰ ਕਰਿਓ। ਅਤੇ ਬਾਕੀ 'ਚ ਬਈ ਘਾਟਾ ਤਾਂ ਹੈ ਹੀ ਨਹੀਂਗਾ, ਜੇ ਆਪਾਂ 24,000 ਵੀ ਲਾਈਏ, 15,000 ਵੀ ਲਾ ਲਿਆ ਵੀ ਇੱਕ ਬੱਕਰੀ, ਤਾਂ ਵੀ ਆਪਾਂ ਘਾਟਾ ਮੰਨਦੇ ਨਹੀਂ ਗੇ। ਅਤੇ ਠੀਕ ਹੈ ਦੋਸਤੋ ਬਈ, ਜੇ ਵੀਡੀਓ ਚੰਗੀ ਲੱਗੀ ਤਾਂ ਇਹ ਕੰਮ ਵਧੀਆ ਲੱਗਿਆ ਤਾਂ ਕਮੈਂਟਾਂ ਜ਼ਰੂਰ ਦੱਸਿਓ, ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਮਿੱਤਰੋ। ਧੰਨਵਾਦ ਜੀ।